फाइनली गाइस अपना सिन नंबर भी अपडेट हो गया ਤੇ ਨਾ ਆਪਣਾ ਪੀਆਰ ਕਾਰਡ ਆਪਣੇ ਆਈਆਰਸੀਸੀ ਦੇ ਪੋਰਟਲ ਨਾਲ ਕਿੱਦਾਂ ਲਿੰਕ ਕਰਨਾ ਹੈ। ਕਿੱਦਾਂ ਗਾਈਸ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਐਂਡ ਵੈਲਕਮ ਬੈਕ ਟੂ ਦਿਸ ਨਿਊ ਵਲੌਗ। ਸੋ ਮੇਰਾ ਨਾਮ ਹੈਗਾ ਪ੍ਰਿੰਸ ਐਂਡ ਤੁਸੀਂ ਦੇਖ ਰਹੇ ਹੋ ਪ੍ਰਿੰਸ ਇਨ ਕੈਨੇਡਾ ਵਲੌਗ। ਸੋ ਗਾਈਸ, ਅੱਜ ਦੇ ਵਲੌਗ ਦੀ ਸ਼ੁਰੂਆਤ ਕਰਾਂਗੇ ਪਹਿਲਾਂ ਤਾਂ ਆਪਾਂ ਜਾਣਾ ਹੈਗਾ ਬਲੱਡ ਟੈਸਟ ਕਰਵਾਉਣ ਲਾਈਫ ਲੈਬ, ਐਂਡ ਉਹ ਤੋਂ ਬਾਅਦ ਜਾਣਾ ਹੈਗਾ ਮੈਂ ਸਰਵਿਸ ਕੈਨੇਡਾ ਅਤੇ ਉੱਥੇ ਜਾ ਕੇ ਮੈਂ ਆਪਣਾ ਨਵਾਂ ਸਿਨ ਨੰਬਰ ਅਪਲਾਈ ਕਰਨਾ ਹੈਗਾ। ਬਿਕੋਜ਼ ਜਦ ਤੁਹਾਡੀ ਪੀ ਆਰ ਹੋ ਜਾਂਦੀ ਹੈਗੀ ਆ ਤਾਂ ਤੁਹਾਨੂੰ ਨਵਾਂ ਸਿਨ ਨੰਬਰ ਲੈਣਾ ਪੈਂਦਾ ਹੈਗਾ। ਸੋ ਪਹਿਲਾਂ ਉੱਥੇ ਜਾਣਾ ਹੈਗਾ ਅਤੇ ਫਿਰ ਉਹ ਤੋਂ ਬਾਅਦ ਸਰਵਿਸ ਕੈਨੇਡਾ, ਐਂਡ ਦੈਨ ਸਰਵਿਸ ਓਨਟਾਰੀਓ ਵੀ ਜਾਣਾ ਸੀਗਾ ਬਿਕੋਜ਼ ਮੇਰਾ ਜਿਹੜਾ ਹੈਲਥ ਕਾਰਡ ਹੈ ਉਹ ਇਹ ਸਾਲ ਐਕਸਪਾਇਰ ਹੋਣਾ ਹੈਗਾ। ਸੋ ਜਦ ਪੀ ਆਰ ਆ ਜਾਂਦੀ ਹੈਗੀ ਆ, ਪੀ ਆਰ ਆਉਣ ਤੋਂ ਬਾਅਦ ਜਦ ਤੁਸੀਂ ਆਪਣਾ ਨਵੇਂ ਡਾਕੂਮੈਂਟ ਸਬਮਿਟ ਕਰਦੇ ਹੋ ਤਾਂ ਉਹਦੀ ਐਕਸਪਾਇਰੀ ਜਿਹੜੀ ਹੈਗੀ ਉਹ ਚੇਂਜ ਹੋ ਜਾਂਦੀ ਆ। ਬਾਕੀ ਦੇਖਾਂਗੇ, ਜੇ ਭੀੜ ਨਾ ਹੋਈ ਤਾਂ ਉੱਥੇ ਵੇਟ ਕਰ ਲਵਾਂਗੇ, ਜੇ ਜ਼ਿਆਦਾ ਭੀੜ ਹੋਈ ਤਾਂ ਫਿਰ ਦੇਖਾਂਗੇ ਬੁੱਕ ਅਪਾਇੰਟਮੈਂਟ ਬੁੱਕ ਕਰਵਾ ਕੇ ਫਿਰ ਹੀ ਜਾਵਾਂਗੇ, ਬਿਕੋਜ਼ ਅੱਜ ਕੱਲ੍ਹ ਸਰਵਿਸ ਓਨਟਾਰੀਓ ਕਾਫੀ ਜ਼ਿਆਦਾ ਭੀੜ ਦਿੰਦੀ ਹੈ। ਤਾਂ ਕਰਕੇ ਪਹਿਲਾਂ ਆਪਾਂ ਇਹ ਦੋ ਕੰਮ ਨਿਪਟਾਉਂਦੇ ਹੈਗੇ ਹਾਂ, ਜੇ ਟਾਈਮ ਨਾਲ ਫ੍ਰੀ ਹੋ ਗਏ ਫਿਰ ਉੱਥੋਂ ਆਪਾਂ ਸਿੱਧਾ ਜਾਵਾਂਗੇ ਸਰਵਿਸ ਓਨਟਾਰੀਓ 'ਤੇ। ਚਲੋ ਚੱਲਦੇ ਹਾਂ, ਲੈਟਸ ਗੋ। ਬਾਕੀ ਮੌਸਮ ਤੁਸੀਂ ਦੇਖ ਸਕਦੇ ਹੋ, ਹਲਕੀ ਹਲਕੀ ਬਾਰਿਸ਼ ਹੋ ਰਹੀ ਹੈਗੀ ਆ, ਵਿੱਚ ਦੀ ਰੁਕ ਜਾਂਦੀ, ਵਿੱਚ ਦੀ ਮੀਂਹ ਪੈਣ ਲੱਗ ਜਾਂਦਾ। ਅਤੇ ਅੱਜ ਕੱਲ੍ਹ ਤਾਂ ਆਉਣ ਜਾਣ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਤਾਂ ਆਪਣਾ ਮੇਲ ਬੋਕਸ ਹੀ ਚੈੱਕ ਕਰਦਾ ਹੁੰਦਾ। ਦੇਖੀ ਕੋਈ ਲੈਟਰ ਸ਼ੈਟਰ ਤਾਂ ਨਹੀਂ ਆਈ? ਨੋ ਐਮਟੀ। ਚਲੋ ਚੱਲਦੇ ਹਾਂ। ਸੋ ਬਾਕੀ ਗਾਈਜ਼, ਜਾਣ ਲਈ ਤਿਆਰ ਹੈ ਮੈਂ, ਰੈਕੁਜ਼ੀਸ਼ਨ ਲੈ ਲਈ ਹੈ। ਬਾਕੀ ਹਲਕੀ ਹਲਕੀ ਬਾਰਿਸ਼ ਪੈ ਰਹੀ ਹੈਗੀ, ਆਪਾਂ ਜਾਣਾ ਚਲੋ ਗੱਡੀ 'ਚ ਹੀ ਆ। ਸੋ ਪਹਿਲਾਂ ਚਲੋ ਆਪਾਂ ਚੱਲਦੇ ਹਾਂ ਲਾਈਫ ਲੈਬ ਅਤੇ ਕਰਵਾਉਂਦੇ ਹਾਂ ਬਲੱਡ ਵਰਕ, ਦੈਨ ਫਿਰ ਚੱਲਾਂਗੇ ਆਪਾਂ ਸਰਵਿਸ ਕੈਨੇਡਾ। ਸੋ ਗਾਈਜ਼, ਅਪੁਆਇੰਟਮੈਂਟ ਲਈ ਤਾਂ ਪਹੁੰਚ ਗਿਆ ਅਤੇ ਜੈਕਟ ਮੈਂ ਆਪਣੀ ਗੱਡੀ 'ਚ ਹੀ ਲਾ ਤੀ ਕਿਉਂਕਿ ਉੱਥੇ ਵੀ ਲਾਉਣੀ ਪੈਣੀ ਸੀ, ਮੈਂ ਕਿਹਾ ਇੱਥੇ ਹੀ ਲਾ ਦਈਏ। ਸੋ ਅੰਦਰ ਚੱਲਦੇ ਹਾਂ। ਸੋ ਲਾਈਫ ਲੈਬ ਹੈਗੀ ਥੱਲੇ ਬੇਸਮੈਂਟ 'ਚ। My son, I don't know if you could take him though. He's taller than you and he's got really long freaking arms. Mm-hmm. He's strong as a bull. But he would be laughing his head off the entire time too. ਸੋ ਗਾਈਜ਼, ਅਪੁਆਇੰਟਮੈਂਟ ਇਜ਼ ਡਨ। ਸੋ ਬਲੱਡ ਵਗੈਰਾ ਦਿੱਤਾ ਹੈਗਾ। ਸੋ ਗਾਈਜ਼, ਲਾਈਫ ਲੈਬ ਵਾਲੀ ਅਪੁਆਇੰਟਮੈਂਟ ਤਾਂ ਡਨ ਹੋ ਗਈ ਹੈਗੀ, ਹੁਣ ਸਰਵਿਸ ਕੈਨੇਡਾ ਵੀ ਰਸਤੇ 'ਚ ਹੀ ਹੈ। ਸੋ ਮੈਂ ਕਿਹਾ ਚਲੋ ਸਰਵਿਸ ਕੈਨੇਡਾ ਵੀ ਜਾ ਜਾਂਦੇ ਕਿਉਂਕਿ ਫਿਰ ਬਾਅਦ 'ਚ ਬਾਰਿਸ਼ 'ਚ ਆਉਣਾ ਪੈਣਾ। ਸੋ ਫਿਲਹਾਲ ਹੁਣੀ ਆਪਾਂ ਕੰਮ ਨਿਪਟਾ ਦਈਏ, ਜ਼ਿਆਦਾ ਵਧੀਆ ਹੈਗਾ। ਬਾਈ, ਸਰਵਿਸ ਕੈਨੇਡਾ ਮੈਂ ਪਹੁੰਚ ਗਿਆ ਸੀਗਾ, ਹੁਣ ਅਪੁਆਇੰਟਮੈਂਟ ਮੇਰੇ ਕੋਲ ਹੈ ਨਹੀਂ ਗੀ ਅਤੇ ਗੇਟ 'ਤੇ ਖੜਾ ਹੈਗਾ ਸਿਕਿਉਰਿਟੀ ਗਾਰਡ ਅਤੇ ਦੇਖਦੇ ਬਿਨਾਂ ਅਪੁਆਇੰਟਮੈਂਟ ਤੋਂ ਅੰਦਰ ਜਾਣ ਦਿੰਦਾ ਜਾਂ ਨਹੀਂ। ਅਤੇ ਇੱਥੇ ਗੱਡੀਆਂ ਵੀ ਕਾਫੀ ਖੜੀਆਂ ਨੇ ਅਤੇ ਬਾਹਰ ਤਾਂ ਕੋਈ ਲਾਈਨ ਲੱਗੀ ਨਹੀਂ ਹੋਈ, ਬਟ ਅੰਦਰ ਪਤਾ ਨਹੀਂ ਸ਼ਾਇਦ ਵੇਟਿੰਗ ਏਰੀਆ ਹੋਊਗਾ ਜਾਂ ਉੱਥੇ ਨਾ ਬੈਠੇ ਹੋਣ। ਬਾਕੀ ਆਪਾਂ ਅੰਦਰ ਜਾ ਕੇ ਦੇਖਦੇ ਹੈਗੇ ਕੀ ਮਾਹੌਲ ਹੈਗਾ। ਸੋ ਮੈਂ ਕਹਿੰਦਾ ਕਿ ਅੱਜ ਜੇ ਆਪਣਾ ਸਿਨ ਨੰਬਰ ਅਪਡੇਟ ਹੋਏ ਤਾਂ ਜ਼ਿਆਦਾ ਵਧੀਆ ਹੈਗਾ। ਸੋ ਚਲੋ ਅੰਦਰ ਚੱਲਦੇ ਹਾਂ ਅਤੇ ਦੇਖਦੇ ਹਾਂ। ਮਾਸਕ ਗੱਡੀ 'ਚ ਪਿਆ ਸੀਗਾ ਅਤੇ ਫਾਈਲ 'ਚ ਮੈਂ ਸਾਰੇ ਡਾਕੂਮੈਂਟ ਆਪਣੇ ਲੈ ਕੇ ਆਇਆ। ਸੋ ਫਾਈਨਲੀ ਗਾਈਜ਼, ਆਪਣਾ ਸਿਨ ਨੰਬਰ ਵੀ ਅਪਡੇਟ ਹੋ ਗਿਆ ਹੈਗਾ। ਸੋ ਟੈਂਪਰੇਰੀ ਸਿਨ ਨੰਬਰ 9 ਤੋਂ ਜਿਹੜਾ ਸਟਾਰਟ ਹੁੰਦਾ ਸੀਗਾ, ਹੁਣ ਸਾਡਾ ਸਿਨ ਨੰਬਰ 1 ਤੋਂ ਸਟਾਰਟ ਹੁੰਦਾ ਹੈਗਾ। ਅਤੇ ਹੁਣ ਮੈਂ ਜਿੱਥੇ ਜਿੱਥੇ ਵੀ ਆਪਣਾ ਸਿਨ ਨੰਬਰ ਦਿੱਤਾ ਹੋਇਆ ਹੈਗਾ ਉੱਥੇ ਸਾਰਿਆਂ ਨੂੰ ਆਪਣਾ ਨਵਾਂ ਸਿਨ ਨੰਬਰ ਦੇਣਾ ਪਊਗਾ। ਅਤੇ ਉਹ ਕਹਿੰਦੇ ਸੀ ਕਿ ਜਿੰਨੀ ਵੀ ਟੈਕਸ ਇਨਫੋਰਮੇਸ਼ਨ ਵਗੈਰਾ ਸੀਗੀ ਉਹ ਦੂਜੇ ਵਾਲੇ ਸਿਨ ਨੰਬਰ ਦੇ ਉੱਤੇ ਟ੍ਰਾਂਸਫਰ ਹੋ ਗਈ, ਜਿਹੜਾ ਨਿਊ ਵਾਲਾ ਹੈਗਾ। ਅਤੇ ਹੁਣ ਚਲੋ ਆਪਾਂ ਘਰ ਨੂੰ ਚੱਲਦੇ ਹਾਂ।
ਸਲੋ ਵੀ ਗਾਇਸ ਘਰ ਪਹੁੰਚ ਗਏ ਹਾਂ, ਸਿਨ ਨੰਬਰ ਵੀ ਲੈ ਲਿਆ ਅਤੇ ਆਪਣੀ ਅਪੁਆਇੰਟਮੈਂਟ ਸੀਗੀ ਲਾਈਫ ਲੈਬ ਉਹ ਵੀ ਡਨ ਹੋ ਗਈ ਹੈਗੀ ਹੈ ਅਤੇ ਟਾਈਮ ਹੋ ਗਿਆ ਹੈਗਾ 12:30 12:30 ਹੋ ਚੁੱਕੇ ਨੇ ਅਤੇ ਚਲੋ ਦੁਪਹਿਰ ਵਾਲੀ ਚਾਹ ਬਣਾਉਂਦੇ ਹਾਂ ਨਾਲ ਕੁਛ ਬਿਸਕੁਟ ਬਿਸਕੁਟ ਖਾਂਦੇ ਹਾਂ ਅਤੇ ਟੀ ਵੀ ਸ਼ੀ ਵੀ ਦੇਖਦੇ ਹਾਂ ਅਤੇ ਚਲੋ ਚੱਲਦੇ ਹਾਂ ਲੈਟਸ ਗੋ। ਬਾਕੀ ਅੰਦਰ ਜਾਣ ਤੋਂ ਪਹਿਲਾਂ ਇੱਕ ਵਾਰ ਚੈੱਕ ਕਰ ਲਈਏ ਮੇਲ ਬਾਕਸ 'ਚ ਕੋਈ ਮੇਲ ਵਗੈਰਾ ਤਾਂ ਨਹੀਂ ਆਈ ਹੋਈ ਹੈਗੀ। ਕਿਉਂਕਿ ਮੈਨੂੰ ਨਾ ਕੋਈ ਦੱਸਦਾ ਪਿਆ ਸੀਗਾ ਕਿ ਕਈ ਵਾਰ ਨਾ ਉਹ PR ਕਾਰਡ ਸਿੱਧਾ ਘਰ ਹੀ ਭੇਜ ਦਿੰਦੇ ਆ, ਉੱਥੇ ਇਨ ਪ੍ਰੋਸੈਸਿੰਗ ਸ਼ੋਅ ਕਰੀ ਜਾਂਦਾ ਹੈਗਾ, ਬਟ PR ਕਾਰਡ ਤੁਹਾਡੇ ਘਰ ਹੀ ਪਹੁੰਚ ਜਾਂਦਾ। ਚਲੋ ਅੰਦਰ ਚੱਲਦੇ ਹਾਂ। ਚਲੋ ਵੀ ਚਾਹ ਆਪਣੀ ਰੈਡੀ ਆ ਅਤੇ ਨਾਲ ਆਪਣੇ ਵਾਸਤੇ ਦਾਲ ਵਾਲੇ ਪਰੌਂਠੇ, ਸੋ ਮੈਨੂੰ ਤਾਂ ਲੱਗ ਰਹੀ ਹੈ ਭੁੱਖ ਅਤੇ ਤੁਸੀਂ ਵੀ ਖਾ ਲਓ ਕੁਛ, ਕਰੋ ਇੰਜੋਏ। ਸੋ ਗਾਇਸ 3 ਵੱਜ ਚੁੱਕੇ ਸੀਗੇ, ਥੋੜ੍ਹੀ ਦੇਰ ਪਹਿਲਾਂ ਹੀ ਬਾਰਿਸ਼ ਰੁਕੀ ਸੀਗੀ ਅਤੇ ਮੈਂ ਆਇਆ ਸੀਗਾ ਆਪਣੇ ਸਨਰੂਮ 'ਚ, ਬਿਕੋਜ਼ ਥੋੜ੍ਹੀ ਦੇਰ ਬਾਅਦ ਨਾ ਇੱਥੋਂ ਆ ਜਿਹੜੀ ਕਨਾਲ ਹੈਗੀ ਸਾਡੇ ਘਰ ਦੇ ਪਿੱਛੇ, ਇੱਥੋਂ ਇੱਕ ਸ਼ਿਪ ਜਾਣੀ ਹੈਗੀ ਬਹੁਤ ਵੱਡੀ, ਅਤੇ ਆਹ ਦੇਖੋ ਮੈਂ ਤਾਂ ਇੱਥੇ ਆਹ ਮਰੀਨ ਟਰੈਕਰ ਜਿਹੜਾ ਹੈਗਾ ਖੋਲ੍ਹ ਕੇ ਬੈਠਾ ਅਤੇ ਆਹ ਵਾਲੀ ਸ਼ਿਪ ਆਊਗੀ ਇੱਥੋਂ। ਫਿਲਹਾਲ ਮੈਨੂੰ ਲੱਗਦਾ ਇਹ ਸਟੋਪ ਦੇ ਉੱਤੇ ਰੁਕੀ ਹੋਈ ਆ, ਬਟ ਜਦ ਆਊਗੀ ਅਤੇ ਆਪਾਂ ਲੈਣੇ ਹੈਗੇ ਡਰੋਨ ਸ਼ੋਟਸ, ਡਰੋਨ ਆਪਣਾ ਰੈਡੀ ਹੈ, ਸਾਰਾ ਸਮਾਨ ਮੈਂ ਇੱਥੇ ਰੱਖਿਆ ਹੋਇਆ ਹੈਗਾ, ਸੋ ਦੈਟ ਜਦੋਂ ਵੀ ਉਹ ਸ਼ਿਪ ਆਏ ਆਪਾਂ ਵਧੀਆ ਵਧੀਆ ਸ਼ੋਟ ਲਵਾਂਗੇ ਉੱਪਰੋਂ, ਬਿਕੋਜ਼ ਮੈਨੂੰ ਨਹੀਂ ਪਤਾ ਹੈਗਾ ਉਹ ਤੋਂ ਬਾਅਦ ਮੇਰਾ ਟਾਈਮ ਲੱਗਣਾ ਹੈਗਾ ਇਹ ਵਾਲੇ ਘਰ 'ਚੋਂ, ਹੈ ਨਾ, ਡਰੋਨ ਸ਼ੋਟਸ ਵਗੈਰਾ ਲੈਣ ਦਾ ਜਾਂ ਨਹੀਂ ਲੈਣ ਦਾ, ਬਿਕੋਜ਼ ਕੰਮ ਵੀ ਹੁੰਦਾ ਹੈਗਾ ਅਤੇ 24-25 April ਤੱਕ ਮੈਂ ਇਹ ਘਰ 'ਚੋਂ ਮੂਵ ਵੀ ਹੋ ਜਾਣਾ ਹੈਗਾ। ਉਹਦੇ ਵੀ ਕੁਝ ਰੀਜ਼ਨਸ ਨੇ ਮੈਂ ਕਿਉਂ ਮੂਵ ਹੋਣਾ ਹੈਗਾ, ਉਹ ਮੈਂ ਸ਼ਾਇਦ ਇਹ ਵੀਡੀਓ ਲੈਣ ਤੱਕ ਦੱਸੂੰਗਾ ਜਾਂ ਫਿਰ ਦੱਸੂੰਗਾ ਤੁਹਾਨੂੰ ਨੈਕਸਟ ਵਲੌਗ 'ਚ ਜਦੋਂ ਮੈਂ, ਹੈ ਨਾ, ਇੱਥੋਂ ਮੂਵ ਹੋਇਆ। ਅਤੇ ਫਿਲਹਾਲ ਲਈ ਤੁਸੀਂ, ਹੈ ਨਾ, ਵੇਟ ਕਰੋ, ਮੈਂ ਵੀ ਵੇਟ ਕਰ ਰਿਹਾ ਹੈਗਾ, ਸ਼ਿਪ ਆਊਗੀ ਅਤੇ ਅੱਜ ਤੁਹਾਨੂੰ ਟਾਈਟੈਨਿਕ ਦੇ ਦਰਸ਼ਨ ਕਰਾਉਣੇ ਆਪਾਂ। ਅਤੇ ਬਾਕੀ ਗਾਇਸ ਸਟੇ ਟਿਊਨਡ ਦੇ ਚੈਨਲ, ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਡਰੋਨ ਵੀ ਮੈਂ ਲਾਤਾ ਸੀਗਾ, ਅਪਡੇਟ ਹੁੰਦਾ ਪਿਆ ਸੀਗਾ ਇਹ, ਅਤੇ ਐਂਡ ਮੈਂ ਇਹ ਬਲੈਕ ਵਾਲੀ ਹੁੱਡੀ ਪਾਇਆ ਸੀਗਾ ਕਿਉਂਕਿ ਇੱਥੇ ਹੁਣ ਠੰਡ ਹੋ ਰਹੀ ਸੀਗੀ, ਮੈਂ ਕਿਹਾ ਠੰਡ ਹੀ ਨਾ ਲੱਗ ਜੇ ਹੋਰ ਨਾ ਬਿਮਾਰ ਹੋਈ ਸ਼ਿਪ ਦੇ ਚੱਕਰ 'ਚ। ਸੋ ਲੋ ਵੀ ਗਾਇਸ ਸ਼ਿਪ ਨੇ ਰਫਤਾਰ ਫੜ ਲਈ ਹੈਗੀ ਆ ਅਤੇ ਆਪਣੇ ਘਰ ਤੋਂ 1.5-2 ਕਿਲੋਮੀਟਰ ਹੋਣੀ ਹੈ। ਇਹ ਸ਼ਿਪ ਇੱਥੇ ਹੈਗੀ ਹੈ ਅਤੇ ਆਪਣਾ ਘਰ ਆ ਇੱਥੇ ਬਿਲਕੁਲ ਕੋਨੇ ਜੇ 'ਤੇ ਆ ਉਰੇ। ਸੋ 86% ਇੰਸਟੋਲ ਹੋ ਗਿਆ ਹੈਗਾ ਅਪਡੇਟ, ਛੇਤੀ ਛੇਤੀ ਹੋ ਜੇ, ਬਸ ਸ਼ਿਪ ਨਹੀਂ ਮਿਸ ਹੋਣੀ ਚਾਹੀਦੀ ਆਪਣੀ, ਹੋ ਜਾ ਭਰਾਵਾ ਛੇਤੀ ਆ। 88 ਗੁੱਡ ਗੁੱਡ ਗੁੱਡ। ਸੋ ਗਾਈ ਸ਼ਿਪ ਆ ਚੁੱਕੀ ਹੈ, ਡਰੋਨ ਆਪਣਾ ਹੋਇਆ ਨਹੀਂ, ਸ਼ਿਟ ਮੈਨ। ਸੋ ਗਾਈ ਸ਼ਿਪ ਤਾਂ ਪਹੁੰਚ ਗਈ ਆ, ਆਪਣਾ ਕੰਸੋਲ ਨਹੀਂ ਸਟਾਰਟ ਹੋ ਰਿਹਾ। ਸੋ ਗਾਈਸ ਪਲੀਜ਼ ਪ੍ਰੇ ਕਰੋ ਛੇਤੀ ਹੋ ਜੇ, ਵੀਡੀਓ ਬਣਾਉਣੀ ਆ, ਡਰੋਨ ਸ਼ੋਟਸ ਲੈਣੇ ਆ ਅਤੇ ਉੱਪਰੋਂ ਬਾਰਿਸ਼ ਵੀ ਨਾ ਆ ਜਾਏ ਯਾਰ, ਬਾਰਿਸ਼ ਵਾਲਾ ਮੌਸਮ, ਮਸਾ ਬਾਰਿਸ਼ ਰੁਕੀ ਸੀ। ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ, ਜਲਦੀ ਛੇਤੀ ਹੋ ਜਾ ਭਰਾਵਾ, ਸ਼ਿਪ ਆ ਗਈ ਛੇਤੀ, ਉਹ ਛੇਤੀ ਜਲਦੀ 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 ਛੇਤੀ ਹੋ ਜਾ ਭਰਾਵਾ। ਓਕੇ 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 ਓਕੇ, ਗੋ ਟੂ ਫਲਾਈ। ਸੋ ਬਾਕੀ ਗਾਈਜ਼ ਉਹ ਆਪਣਾ ਉੱਪਰ ਡਰੋਨ ਉੱਡ ਰਿਹਾ ਹੈਗਾ, ਉਹ ਤੁਹਾਨੂੰ ਦਿਖ ਰਿਹਾ ਹੋਣਾ, ਉਹਦੇ ਨਾਲ ਡਰੋਨ ਸ਼ੋਟਸ ਆਣਗੇ। ਅਤੇ ਫਿਲਹਾਲ ਆਹ ਦੇਖੋ ਥੱਲੇ ਆਹ ਸ਼ਿਪ ਜਾ ਰਹੀ ਹੈਗੀ ਹੈ ਅਤੇ ਆਹ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਸ਼ਿਪ ਹੈਗੀ ਆ। ਸੋ ਇਹ ਹੈਗੀ ਆ ਸੈਲਫ ਡਿਸਚਾਰਜਿੰਗ ਕੁਛ ਕਹਿੰਦੇ ਹੈਗੇ ਸ਼ਿਪ ਨੂੰ। ਅਤੇ ਚਲੋ ਮੈਂ ਡਰੋਨ ਨਾਲ ਵਧੀਆ ਸ਼ੋਟਸ ਲੈ ਲਾਂ ਫਿਰ ਮੈਂ ਤੁਹਾਨੂੰ ਦਿਖਾਊਂਗਾ।
later. So, सब तो पहला था गाइस गूगल दे उत्ते जाके आपां लिखना हैगा CIC लॉगिन ते ओ तो बाद एक लिंक आऊगा IRCC वाला सब तो पहले नंबर ते इधर ते क्लिक करने तो बाद आपने को पेज ओपन हो गया स्क्रोल डाउन करांगे आपां थल्ले नू एंड ओ तो बाद साडे को दो ऑप्शन आ रहे ने GC की एंड साइन इन पार्टनर सो मेरे अकाउंट बने हुए ने जिन्हां दे नहीं बने हुए उन्हां लई मैं दस दिंदा तुसीं अकाउंट किद्दां क्रिएट करना हैगा सो तुसीं सब तो पहला जाना हैगा रजिस्टर अकाउंट दे उत्ते सो इहदे उत्ते मैं क्लिक करदा सो क्लिक करने तो बाद एक इदा देखो अपने को पेज ओपन हो जूगा इतने दोनों के ऑप्शन दिते हुए तो है ना किदा किदा अपना अकाउंट क्रिएट करना है सो बाकी मैं थोड़ा दिखा भी देना तुम स्क्रीनशॉट ले लो वीडियो सेव कर सकते हो सो आ देखो आ पहला आ गया GC की लिए कि रजिस्टर करना है तो थले लिखा है साइन इन पार्टनर लिए कि करना है राइट सो तुम आ सारे पॉइंट चंगी तरह पढ़ लियो या कापी के नोट कर लियो जिदा भी तुम्हें करना हो थले मैं हूँ थोड़ा साइन इन पार्टनर भी दिखा दिना सो आ सारे पॉइंट लिखे हुए है सो इस तो बाद आप चलो बैक जाते हैं जाके अपना अकाउंट लॉग इन करते हैं सो बैक आप आ गए हैं सो मैं GC की अकाउंट बनाया सो मैं GC की ना पहले लॉग इन करूँगा सो इधर उत्ते क्लिक कर लिया आप सो इत्थे आ गया साइन इन च मैं पाऊँगा अपना यूजर नेम एंड पासवर्ड यूजर नेम एंड पासवर्ड पाने तो बाद मैं क्लिक करूँगा साइन इन एंड उस तो बाद एक होर पेज ओपन होगा इतने अपना आ गया अकाउंट कॉन्टीन्यू दैन कॉन्टीन्यू तो क्लिक करने तो बाद टर्म्स एंड कंडीशन जो भी होंदिया ने IRCC दियाँ वो एक्सैप्ट करांगे आपां एक्सैप्ट करने तो बाद एक सिक्योरिटी क्वेश्चन होंदा है जो थानू फिल आउट करना पैंदा है सो फिल करके आपां कॉन्टीन्यू तो क्लिक करांगे तो आ देखो साडा जिहड़ा अकाउंट तो जिहड़ी अपनी प्रोफाइल हैगी ओपन होगी तो इत्थे सारियां तुहाडी स्टडी वीज़ा जिहड़ा भी वीज़ा हुण तक तुसीं लवाया हो सारा कुछ इत्थे आ जाणा तो हुण मैं पहला सब तो पहला क्लिक करूँगा एड एंड लिंक योर अकाउंट सो लिंक योर एग्जिस्टिंग एप्लीकेशन सो इहदे उत्ते जाके थले देखो कैटेगरीज आ रहीयां ने सो आ देखो इत्थे अलग अलग तरह दी एप्लीकेशनां तुसीं अपने अकाउंट दे नाल लिंक कर सकदे हो तो अपनी हैगी है लाइक PR कार्ड की सो आपां जावांगे परमानेंट रेजिडेंट कार्ड वाले दे उत्ते क्लिक करांगे सो इहदे उत्ते क्लिक करन तो बाद एक नवा पेज ओपन होगा तो आ देख सकते हो तुसीं इत्थे अपनी एप्लीकेशन डिटेल्स आ गई ने सो इत्थे कैटेगरी सिलेक्ट करांगे इत्थे भी लाइक अलग अलग तरह के ने एप्लीकेशन नंबर एंड फैमिली नेम UCI नेम ये सारा कुछ यार तुसीं देख सकते हो ठीक है तो मैं तो अपनी जिहड़ी प्रोफाइल हैगी UCI नंबर तो फैमिली नेम के नाल चैक करूँगा बिकॉज जिहड़ा UCI नंबर हुंदा हैगा वो ऑलवेज सेम रहिंदा हैगा तो फैमिली नेम सेम रहिंदा हैगा थोड़े एप्लीकेशन नंबर जिहड़े हैगे वो चेंज हुंदे हैगे सो क्लिक करते हैं आप UCI तो फैमिली नेम के उत्ते सो आ देखो हूँ मैं थोड़ा पूरा फॉर्म दिखा रहा किदा दिखता है ये सिलेक्ट करने तो बाद सो आ देखो थोड़ा प्लेस ऑफ बर्थ कंट्री सिटी तो थले जी होर बाकी फॉलोइंग डिटेल्स ने वो है लाइक डेट ऑफ बिकेम परमानेंट रेजिडेंट कंट्री ऑफ सिटीजनशिप बाकी मैरिड हो सिंगल हो डाइवोर्स्ड हो जो भी हैगा थोड़ा है ना वो तुम्हें सारा कुछ फिल आउट करना है सो मैं एप्लीकेशन फिल करदा तो फिल करके मैं फिर थोड़ा दिखाता सो एप्लीकेशन फिल कर लिए सर्च पर क्लिक करांगे सो आ देखो इत्थे आ गया इन आवर सिस्टम वी फाउंड एन एप्लीकेशन दैट मैचिज द इनफॉर्मेशन यू हैव एंटर्ड सो लिंक माई एप्लीकेशन पर क्लिक करूँगा मैं सो क्लिक करन तो बाद अपनी एप्लीकेशन जिहड़ी हैगी है वो इत्थे आ गई हैगी रजिस्ट्रेशन सक्सैसफुल सो रजिस्ट्रेशन सक्सैसफुल होने तो बाद गो टू मेन अकाउंट तो आ देखो अपनी आ जिहड़ी प्रोफाइल हैगी आ परमानेंट रेजिडेंट कार्ड वाली वो इत्थे क्रिएट हो गई है तो मैं एक गल तुहानू कहूँगा कि जिहड़ा एप्लीकेशन नंबर होंदा है ना PR कार्ड का डिफरेंट होंदा है तो जिहड़ा AOR दे उत्ते होंदा वो डिफरेंट होंदा सो ट्राई करो तुसीं UCI नंबर तो फैमिली नेम ना तुसीं चैक करो ये ठीक है तो हुण आपां इहदे उत्ते क्लिक करांगे तो आ देखो जिहड़ा फाइनल डिसीजन उन्होंने बनाया सीगा उस 17 मार्च नूं एप्लीकेशन अप्रूव हुई हैगी PR कार्ड की सो होर थले जांदे आ देखो रिव्यू ऑफ एलिजिबिलिटी 17 मार्च तो होर थले स्क्रोल डाउन करते हैं तो आ देखो फाइनल डिसीजन 17 मार्च योर एप्लीकेशन वाज अप्रूवड सो आ देखो इत्थे भी लिखा गया वी मेल्ड योर परमानेंट रेजिडेंट कार्ड टू योर एड्रैस मे बी सो हुण थोड़े दिनों तक अपना PR कार्ड घर ही आजूगा सो आई होप थानू इहदे नाल प्रोसैस समझ आ गया होगा कि तुसीं अपना PR कार्ड है ना किदा थोड़ा IRCC का अकाउंट ना लिंक करना हैगा
ਅਤੇ ਅਕਾਊਂਟ ਤੁਸੀਂ ਕਿੱਦਾਂ ਕ੍ਰੀਏਟ ਕਰਨਾ ਹੈਗਾ। ਬਾਕੀ ਗਾਈਸ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਤੁਸੀਂ ਹੈ ਨਾ ਆਪਣਾ PR ਕਾਰਡ ਆਪਣੇ IRCC ਦੇ ਪੋਰਟਲ ਨਾਲ ਕਿੱਦਾਂ ਲਿੰਕ ਕਰਨਾ ਹੈਗਾ। ਜੇ ਤੁਹਾਡਾ IRCC ਦੇ ਪੋਰਟਲ ਦੇ ਉੱਤੇ ਅਕਾਊਂਟ ਨਹੀਂ ਹੈਗਾ ਤੁਸੀਂ ਕਿੱਦਾਂ ਰਜਿਸਟਰ ਕਰਨਾ ਹੈਗਾ ਆਪਣੇ ਆਪ ਨੂੰ ਉਹ ਵੀ ਮੈਂ ਐਕਸਪਲੇਨ ਕਰ ਦਿੱਤਾ ਸੀਗਾ। ਜੇ ਫਿਰ ਵੀ ਤੁਹਾਨੂੰ ਕੋਈ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਨੂੰ। ਅਤੇ ਬਾਕੀ ਮੈਨੂੰ ਵੀ ਲੱਗਦਾ ਕਿ ਮੇਰਾ PR ਕਾਰਡ ਹੈ ਨਾ ਛੇਤੀ ਘਰ ਆਜੂਗਾ ਕਿਉਂਕਿ 17 March ਨੂੰ ਐਪਲੀਕੇਸ਼ਨ ਅਪਰੂਵ ਹੋਈ ਸੀਗੀ ਅਤੇ ਉਹਨਾਂ ਨੇ ਲਿਖਿਆ ਸੀਗਾ ਕਿ ਵੀ ਵਿਲ ਮੇਲ ਯੋਰ ਕਾਰਡ ਟੂ ਯੂ ਅਤੇ ਬਾਕੀ ਦੇਖਦੇ ਹਾਂ ਨਾ ਕਦੋਂ ਤੱਕ ਆਉਂਦਾ ਕਦੋਂ ਤੱਕ ਨਹੀਂ ਆਉਂਦਾ ਹੈਗਾ। ਅਤੇ ਬਾਕੀ ਨੈਕਸਟ ਵਲੌਗ ਜਦੋਂ ਵੀ ਆਊਗਾ PR ਕਾਰਡ ਮੇਰੇ ਹੱਥ 'ਚ ਜ਼ਰੂਰ ਹੋਊਗਾ। ਐਂਡ ਮੈਂ ਆਹ ਵੀ ਦੱਸਣਾ ਹੈਗਾ ਨੈਕਸਟ ਵਲੌਗ 'ਚ ਹੈ ਨਾ ਮੈਂ ਜਿਹੜਾ ਘਰ ਛੱਡ ਕੇ ਮੂਵ ਕਿਉਂ ਹੋਣ ਲੱਗਿਆ ਹੈਗਾ। ਸੋ ਉਹ ਅਗਲੇ ਵੀਡੀਓ 'ਚ ਗੱਲ ਕਰਾਂਗੇ ਆਪਾਂ। ਅਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਐਂਡ ਮਿਲਦੇ ਹਾਂ ਨੈਕਸਟ ਵਲੌਗ 'ਚ। ਸੀ ਆ।